शुगर रोग, डायबिटीज, मधुमेह, शक्कर रोग, बहुत सारे रोग ਇਹਦੇ ਨਾਮ ਬੜੇ ਆ। ਇਹ ਮਿੱਠਾ ਖਾਣ ਨਾਲ ਨਹੀਂ ਹੁੰਦਾ। ਕਈ ਲੋਕਾਂ ਨੂੰ ਗਲਤ ਫਹਿਮੀ ਹੈ ਕਿ ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ। ਸ਼ੂਗਰ ਹੋਣ 'ਤੇ ਮਿੱਠਾ ਬੰਦ ਕਰਨਾ ਪੈਂਦਾ, ਉਹ ਵੀ ਚੀਨੀ ਜਾਂ ਚੀਨੀ ਤੋਂ ਬਣੀਆਂ ਹੋਈਆਂ ਚੀਜ਼ਾਂ, ਮਿਸ਼ਰੀ ਖਾ ਸਕਦੇ। ਹੁਣ ਕਈ ਲੋਕ ਕਹਿੰਦੇ ਆ ਵੀ ਗੋਇਲ ਸਾਹਿਬ, ਇਹ ਹੋ ਕਿਉਂ ਜਾਂਦੀ ਆ, ਇਹਦਾ ਕਾਰਨ ਕੀ ਆ? ਸਭ ਤੋਂ ਵੱਡਾ ਕਾਰਨ ਜਿਹੜਾ ਮੈਂ ਤੁਹਾਡੀ ਨਿਗਾਹ 'ਚ ਲਿਆਉਣਾ ਚਾਹੁੰਦਾ, ਉਹ ਹੈ ਸਟ੍ਰੈੱਸ, ਉਹ ਹੈ ਟੈਨਸ਼ਨ, ਦਿਨ ਰਾਤ ਸੋਚੀ ਜਾਣਾ ਕਿਸੇ ਗੱਲ ਨੂੰ ਲੈ ਕੇ, ਉਹ ਚੀਜ਼ ਵੀ ਇੱਕ ਮੁੱਖ ਕਾਰਨ ਬਣਦਾ। ਜਾਮਣਾ ਖਾਓ, ਗੁਠਲੀਆਂ ਸੁਕਾ ਲਓ, ਜਾਂ ਫਿਰ ਜਾਮਣਾ ਲੈ ਕੇ ਇਕੱਠੀਆਂ 10-20 ਕਿਲੋ ਉਹਨਾਂ ਨੂੰ ਸਾੜ ਕੇ ਉਹਦਾ ਸਿਰਕਾ ਬਣਾ ਲਓ, ਗੁਠਲੀਆਂ ਨੂੰ ਵੱਢ ਸੁਕਾ ਲਓ, ਤੁਹਾਡੀ ਸਾਰੀ ਉਮਰ ਦੀ ਸ਼ੂਗਰ ਨੂੰ ਕੰਟਰੋਲ ਕਰਨ ਦੀ ਦਵਾਈ ਬਣ ਜਾਂਦੀ ਆ। ਫਿਰ ਗੁੜਮਾਰ ਹੈ, ਜਾਮੁਣ ਹੈ, ਮੇਥੀ ਹੈ, ਕਰੇਲੇ ਨੇ, ਇਹ ਸਾਰੀਆਂ ਚੀਜ਼ਾਂ ਸਾਨੂੰ ਫਾਇਦਾ ਕਰਨ ਵਾਲੀਆਂ। ਕਰਨਾ ਕੀ ਹੈ? ਮਾਂ, ਰਾਜਮਾਂਹ, ਆਲੂ, ਚਾਵਲ, ਅਰਬੀ, ਭਿੰਡੀ, ਚਿੱਟੇ ਛੋਲੇ, ਇਹੋ ਜਿਹੀਆਂ ਬਾਏਬਾਦੀ ਵਾਲੀਆਂ ਚੀਜ਼ਾਂ ਬੰਦ ਕਰ ਦਿਓ। ਸ਼ੂਗਰ ਯਾਨੀ ਕਿ ਡਾਇਬਟੀਜ਼, ਇਹ ਪ੍ਰੋਬਲਮ ਇਹ ਵੀ ਅਸੀਂ ਦੇਖ ਰਹੇ ਹਾਂ ਕਿ ਘੱਟ ਉਮਰ ਦੇ ਵਿੱਚ ਵੀ ਬਹੁਤ ਸਾਰੇ ਕੇਸਿਸ ਦੇਖੇ ਜਾ ਰਹੇ ਨੇ ਕਿ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਹੈ। ਸੋ ਇਸਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ। ਇੱਕ ਤਾਂ ਸਾਡਾ ਲਾਈਫ ਸਟਾਈਲ, ਖਾਣ ਪੀਣ ਦੀਆਂ ਆਦਤਾਂ ਦਾ ਸਹੀ ਨਾ ਹੋਣਾ, ਸਟ੍ਰੈੱਸ ਲੈਵਲ ਬਹੁਤ ਜ਼ਿਆਦਾ ਹੋਣਾ, ਅਤੇ ਜਿਸ ਕਰਕੇ ਸਿਰਫ ਡਾਇਬਟੀਜ਼ ਹੀ ਨਹੀਂ, ਸਾਨੂੰ ਹੋਰ ਵੀ ਢੇਰ ਸਾਰੀਆਂ ਪ੍ਰੋਬਲਮ ਹੋ ਜਾਂਦੀਆਂ ਨੇ। ਪਰ ਜਦੋਂ ਆਪਾਂ ਗੱਲ ਡਾਇਬਟੀਜ਼ ਹੀ ਕਰੀਏ, ਕਈ ਵਾਰੀ ਘੱਟ ਉਮਰ ਦੇ ਵਿੱਚ ਸਾਨੂੰ ਸਿਮਟਮ ਸਾਡੀ ਬੋਡੀ ਦੇ ਰਹੀ ਹੁੰਦੀ ਹੈ, ਸੁਚੇਤ ਕਰ ਰਹੀ ਹੁੰਦੀ ਹੈ, ਪਰ ਸਾਨੂੰ ਲੱਗਦਾ ਕਿ ਮੈਨੂੰ ਥੋੜ੍ਹੀ ਸ਼ੂਗਰ ਦੀ ਪ੍ਰੋਬਲਮ ਹੋ ਸਕਦੀ ਹੈ। ਸੋ ਇਸੇ ਲਈ ਪਹਿਲਾਂ ਤਾਂ ਜ਼ਰੂਰ ਰੈਗੂਲਰ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ, ਖਾਲੀ ਪੇਟ, ਕਿ ਤੁਹਾਡਾ ਸ਼ੂਗਰ ਲੈਵਲ ਕੀ ਆ ਰਿਹਾ। ਜੇਕਰ ਤੁਹਾਡਾ ਸ਼ੂਗਰ ਲੈਵਲ ਨੇੜੇ ਸਟੇਜ ਦੇ ਨੇੜੇ ਪਹੁੰਚ ਰਿਹਾ, ਕਿਤੇ ਹਾਈ ਸ਼ੂਗਰ ਵੱਲ ਇਸ਼ਾਰਾ ਕਰ ਰਿਹਾ, ਤਾਂ ਜ਼ਰੂਰ ਤੁਸੀਂ ਇੱਥੇ ਸਾਵਧਾਨ ਹੋ ਜਾਓ। ਜਾਂ ਫਿਰ ਤੁਹਾਨੂੰ ਆਪਣੀ ਬੋਡੀ ਦੇ ਵਿੱਚ ਕੁਝ ਅਜਿਹੇ ਸਿਮਟਮ ਮਿਲਣ, ਜ਼ਿਆਦਾ ਪਿਆਸ ਲੱਗਣਾ, ਡੀਹਾਈਡਰੇਸ਼ਨ ਫੀਲ ਹੋਣਾ, ਥਕਾਵਟ ਰਹਿਣੀ ਬੋਡੀ ਦੇ ਵਿੱਚ, ਥੋੜ੍ਹਾ ਜਿਹਾ ਚੱਕਰ ਆਉਣ ਵਰਗਾ ਵੀ ਫੀਲ ਹੋਣਾ, ਕਿਤੇ ਸੱਟ ਲੱਗਣ ਲੱਗ ਜਾਂਦੀ ਹੈ, ਉਹ ਛੇਤੀ ਛੇਤੀ ਠੀਕ ਨਾ ਹੋਣਾ, ਸਕਿਨ ਦੀ ਕੋਈ ਪ੍ਰੋਬਲਮ, ਇਨਫੈਕਸ਼ਨ ਹੋਣਾ, ਇਸ ਤਰ੍ਹਾਂ ਦੀ ਅਗਰ ਤੁਹਾਨੂੰ ਪ੍ਰੋਬਲਮ ਰਹਿੰਦੀਆਂ ਨੇ, ਭੁੱਖ ਬਹੁਤ ਜ਼ਿਆਦਾ ਲੱਗਣੀ, ਔਰ ਸਭ ਤੋਂ ਵੱਡੀ ਗੱਲ ਇੱਕਦਮ ਤੁਹਾਡਾ ਵਜ਼ਨ ਘੱਟ ਹੋਣ ਲੱਗਦਾ ਹੈ, ਸੋ ਤੁਸੀਂ ਸੁਚੇਤ ਹੋ ਜਾਓ ਔਰ ਆਪਣਾ ਟੈਸਟ ਜ਼ਰੂਰ ਕਰਾਓ ਕਿ ਕਿਤੇ ਤੁਹਾਡਾ ਬਲੱਡ ਸ਼ੂਗਰ ਲੈਵਲ ਵੱਧ ਤਾਂ ਨਹੀਂ ਰਿਹਾ। ਅਤੇ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਹੋ ਚੁੱਕੀ ਹੈ, ਅਤੇ ਉਹ ਬਹੁਤ ਕੰਟਰੋਲ ਵੀ ਕਰਦੇ ਨੇ, ਫਿਰ ਵੀ ਪਤਾ ਨਹੀਂ ਕਿਵੇਂ ਸ਼ੂਗਰ ਲੈਵਲ ਵੱਧ ਹੀ ਜਾਂਦਾ ਹੈ, ਰੋਜ਼ ਦਵਾਈ ਵੀ ਖਾ ਰਹੇ ਹਾਂ ਐਲੋਪੈਥੀ, ਪਰ ਉਸ ਤਰੀਕੇ ਨਾਲ ਫਰਕ ਨਹੀਂ ਪੈ ਰਿਹਾ ਕਿ ਲੱਗੇ ਕਿ ਹੁਣ ਸਾਡਾ ਰੇਂਜ ਵਿੱਚ ਨੋਰਮਲ ਲੈਵਲ 'ਤੇ ਸ਼ੂਗਰ ਆ ਚੁੱਕੀ ਹੈ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਤੁਸੀਂ ਡਾਇਬਟੀਜ਼ ਨੂੰ ਆਯੁਰਵੈਦ ਦੀ ਮਦਦ ਦੇ ਨਾਲ ਕੰਟਰੋਲ ਵਿੱਚ ਕਰ ਸਕਦੇ ਹੋ। ਸੋ ਬਹੁਤ ਖਜ਼ਾਨੇ ਆਯੁਰਵੈਦ ਨੇ ਦਿੱਤੇ ਹੋਏ ਨੇ ਜੜੀ ਬੂਟੀਆਂ ਦੇ, ਜੋ ਕਿ ਜਿਨ੍ਹਾਂ ਦੇ ਨਾ ਹੀ ਸਾਨੂੰ ਕੋਈ ਸਾਈਡ ਇਫੈਕਟ ਹੁੰਦੇ ਨੇ। ਸਹੀ ਢੰਗ ਨਾਲ ਅਗਰ ਅਸੀਂ ਕਿਸੇ ਖਾਸ ਬਿਮਾਰੀ ਦੇ ਲਈ ਇਹਨਾਂ ਦਾ ਇਸਤੇਮਾਲ ਕਰੀਏ, ਤਾਂ ਬਹੁਤ ਹੀ ਜਲਦੀ ਸਾਨੂੰ ਉਸਦੇ ਪੋਜ਼ਿਟਿਵ ਰਿਜ਼ਲਟਸ ਵੀ ਮਿਲਣੇ ਸ਼ੁਰੂ ਹੋ ਜਾਂਦੇ ਨੇ। ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਖਾਸ ਹੈਲਥ ਅਵੇਅਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ। ਅਤੇ ਅੱਜ ਡਾਇਬਟੀਜ਼ ਬਾਰੇ ਕਿ ਕਿਵੇਂ ਤੁਸੀਂ ਸ਼ੂਗਰ ਨੂੰ ਕੰਟਰੋਲ ਦੇ ਵਿੱਚ ਕਰਨਾ ਹੈ, ਖਾਣ ਪੀਣ ਨੂੰ ਤਾਂ ਤੁਸੀਂ ਆਪਣਾ ਸਹੀ ਰੱਖੋ ਹੀ, ਨਾਲ ਦੀ ਨਾਲ ਕਿਵੇਂ ਤੁਸੀਂ ਆਯੁਰਵੈਦ ਦੀ ਮਦਦ ਲੈ ਸਕਦੇ ਹੋ ਇਸਦੇ ਇਲਾਜ ਦੇ ਲਈ, ਇਸਦੇ ਲਈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਮਾਨ ਆਯੁਰਵੈਦ ਦੇ MD ਮਿਸਟਰ ਸੁਭਾਸ਼ ਗੋਇਲ ਜੀ। ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ, ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ। ਸ਼ੂਗਰ ਰੋਗ, ਡਾਇਬਟੀਜ਼, ਮਧੂਮੇਹ, ਸ਼ੱਕਰ ਰੋਗ, ਬਹੁਤ ਸਾਰੇ ਰੋਗ, ਇਹਦੇ ਨਾਮ ਬੜੇ ਆ। ਪਰ ਤੁਹਾਨੂੰ ਇੱਕ ਗੱਲ ਪਤਾ ਕਿ ਅੱਜ ਤੱਕ ਸ਼ੂਗਰ ਰੋਗ ਨੂੰ ਬਿਮਾਰੀ ਹੋਣ ਦਾ ਦਰਜਾ ਨਹੀਂ ਮਿਲਿਆ। ਕਿਸੇ ਵੀ ਵਿਦਵਾਨ ਨੇ ਇਹ ਨਹੀਂ ਕਿਹਾ ਕਿ ਸ਼ੂਗਰ ਇੱਕ ਬਿਮਾਰੀ ਆ, ਔਰ ਨਾ ਹੀ ਕੋਈ ਪੇਸ਼ੈਂਟ ਕਹਿੰਦਾ। ਉਹ ਵੀ ਆ ਕੇ ਇਹੀ ਕਹਿੰਦਾ ਵੀ ਗੋਇਲ ਸਾਹਿਬ, ਸ਼ੂਗਰ ਵੱਧ ਗਿਆ। ਕਦੇ ਨਹੀਂ ਕਹਿੰਦਾ ਸ਼ੂਗਰ ਦੀ ਬਿਮਾਰੀ ਹੋ ਗਈ ਮੈਨੂੰ।
ਇਹ ਇੱਕ ਬਾਡੀ ਦੇ ਵਿੱਚ ਮੈਲਟੀਜ਼ ਆ ਡਾਇਬਟੀਜ਼ ਦਾ, ਜਿਹੜਾ ਉੱਪਰ ਥੱਲੇ ਹੁੰਦਾ। ਇਹ ਮਿੱਠਾ ਖਾਣ ਨਾਲ ਨਹੀਂ ਹੁੰਦਾ, ਕਈ ਲੋਕਾਂ ਨੂੰ ਗਲਤ ਫਹਿਮੀ ਹੈ ਕਿ ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ। ਸ਼ੂਗਰ ਹੋਣ 'ਤੇ ਮਿੱਠਾ ਬੰਦ ਕਰਨਾ ਪੈਂਦਾ, ਉਹ ਵੀ ਚੀਨੀ ਜਾਂ ਚੀਨੀ ਤੋਂ ਬਣੀਆਂ ਹੋਈਆਂ ਚੀਜ਼ਾਂ। ਮਿਸ਼ਰੀ ਖਾ ਸਕਦੇ ਹੋ, ਗੁੜ ਖਾ ਸਕਦੇ ਹੋ, ਸ਼ੱਕਰ ਖਾ ਸਕਦੇ ਹੋ, ਦੇਸੀ ਬੂਰੇ ਵਾਲੀ ਖੰਡ ਖਾ ਸਕਦੇ ਹੋ, ਬੜੇ ਵਧੀਆ ਤਰੀਕੇ ਨੇ ਜੂਸ ਹਰ ਫਲ ਦਾ ਲੈ ਸਕਦੇ ਹੋ, ਹਰ ਤਰ੍ਹਾਂ ਦਾ ਫਰੂਟ ਖਾ ਸਕਦੇ ਹੋ, ਪਰ ਇੱਕ ਲਿਮਿਟਡ ਮਾਤਰਾ ਦੇ ਵਿੱਚ। ਸਵੇਰੇ ਸਵੇਰੇ ਖਾਓ, ਇਹ ਨਹੀਂ ਵੀ ਜਦੋਂ ਜੀ ਕਰਿਆ ਉਹਦੇ, ਟਾਈਮ ਹੁੰਦਾ ਇਹਦਾ, ਉਸ ਤਰ੍ਹਾਂ ਫਰੂਟ ਖਾਓ, ਫਿਰ ਇਹਦਾ ਰੋਟੀ ਪਾਣੀ ਦੇ ਵਿੱਚ ਥੋੜ੍ਹਾ ਬਹੁਤਾ ਆਪਣਾ ਨਿਯਮ ਬਣਾਓ। ਹੁਣ ਕਈ ਲੋਕ ਕਹਿੰਦੇ ਆ ਵੀ ਗੋਇਲ ਸਾਹਿਬ ਇਹ ਹੋ ਕਿਉਂ ਜਾਂਦੀ ਆ, ਇਹਦਾ ਕਾਰਨ ਕੀ ਆ, ਮੈਨੂੰ ਆ ਕੇ ਪੁੱਛਦੇ ਆ। ਔਰ ਸਭ ਤੋਂ ਵੱਡਾ ਪਤਾ ਕੀ ਦੱਸਾਂ ਕੀ ਆ, ਦੇਖੋ ਇੱਕ ਤਾਂ ਸਾਡਾ ਜਿਹੜਾ ਖਾਣ ਪਾਣ ਹੈ ਉਹ ਤਾਂ ਹੈ ਹੀ ਹੈ, ਸਾਡਾ ਜਿਹੜਾ ਲਾਈਫ ਸਟਾਈਲ ਚੇਂਜ ਹੋਇਆ ਉਹ ਵੀ ਹੈ, ਪਰ ਇੱਕ ਵੰਸ਼ ਨੁਮਾ ਰੋਗ ਹੈ, ਜਿਵੇਂ ਮਾਤਾ ਪਿਤਾ ਨੂੰ ਹੈ, ਦਾਦਾ ਦਾਦੀ ਨੂੰ ਹੈ, ਨਾਨਾ ਨਾਨੀ ਨੂੰ ਹੈ, ਤਾਂ ਇਹ ਰੋਗ ਬੱਚਿਆਂ 'ਚ ਆ ਜਾਂਦਾ। ਹੁਣ ਕਈ ਕਹਿੰਦੇ ਨੇ ਜੀ ਸਾਡੇ ਤਾਂ ਪੂਰੇ ਕੁੜਮ ਕਬੀਲੇ 'ਚ ਕਦੇ ਸ਼ੂਗਰ ਨਹੀਂ ਸੁਣਿਆ ਰੋਗ, ਸਾਨੂੰ ਕਿਉਂ ਹੋ ਗਿਆ? ਉਹ ਸਾਡਾ ਜਿਹੜਾ ਖਾਣ ਪਾਣ ਅਤੇ ਲਾਈਫ ਸਟਾਈਲ ਆ। ਲੇਕਿਨ ਇੱਕ ਉਸ ਤੋਂ ਵੱਡਾ ਕਾਰਨ ਹੈ, ਸਭ ਤੋਂ ਵੱਡਾ ਕਾਰਨ ਜਿਹੜਾ ਮੈਂ ਤੁਹਾਡੀ ਨਿਗਾਹ 'ਚ ਲਿਆਉਣਾ ਚਾਹੁੰਦਾ, ਉਹ ਹੈ ਸਟ੍ਰੈੱਸ, ਉਹ ਹੈ ਟੈਨਸ਼ਨ, ਦਿਨ ਰਾਤ ਸੋਚੀ ਜਾਣਾ ਕਿਸੇ ਗੱਲ ਨੂੰ ਲੈ ਕੇ, ਉਹ ਚੀਜ਼ ਵੀ ਇੱਕ ਮੁੱਖ ਕਾਰਨ ਬਣਦਾ। ਇਹ ਟੈਨਸ਼ਨ ਨਹੀਂ ਹੈ ਵੀ ਕਿਸੇ ਨੇ ਕਿਸੇ ਨੂੰ ਕਹਿਤਾ ਤੇਰਾ ਰੰਗ ਕਾਲਾ ਲੱਗਦਾ, ਤੇਰੇ ਵਾਲ ਵਧੀਆ ਲੱਗਦੇ ਨੇ, ਤੇਰੀ ਗੱਡੀ ਵਧੀਆ ਲੈ ਲਈ, ਤਾਂ ਇਹ ਟੈਨਸ਼ਨਾਂ ਨਾਲ ਨਹੀਂ ਹੁੰਦੀ ਕੋਈ ਗੱਲ। ਟੈਨਸ਼ਨ ਹੁੰਦੀ ਹੈ ਕਿ ਅਸੀਂ ਇੱਕ ਬਹੁਤ ਬੜੀ ਫਸਲ ਪਾਲੀ ਔਰ ਉਹ ਫਸਲ ਬਹੁਤ ਵਧੀਆ ਹੋ ਗਈ, ਉਹ ਜੋ ਸਾਨੂੰ ਉਹ ਤਾਂ ਉਮੀਦਾਂ ਸੀ ਉਹ ਤਾਂ ਉਮੀਦੀ ਨਾ, ਉਮੀਦ ਤਾਂ ਖਰੀ ਨਹੀਂ ਉਤਰੀ। ਜਿਵੇਂ ਕਿ ਸਾਡੀ ਔਲਾਦ ਹੋ ਗਈ, ਕਿਸੇ ਨੂੰ ਆਪਦੇ ਭੈਣ ਭਰਾ 'ਤੇ ਮਾਣ ਹੁੰਦਾ, ਕਿਸੇ ਨੂੰ ਕਿਸੇ ਚੀਜ਼ ਦਾ ਮਾਣ, ਉਹ ਬੰਦਾ ਗਲਤ ਨਿਕਲ ਜੇ, ਦੋਸਤ ਗਲਤ ਨਿਕਲ ਜੇ, ਗਰਲਫ੍ਰੈਂਡ ਬ੍ਰੇਕਅਪ ਕਰ ਜੇ, ਹੋਰ ਇਹੋ ਜਿਹੀਆਂ ਕਈ ਗੱਲਾਂ ਨਾਲ ਇੱਕ ਇੱਦਾਂ ਦੀ ਟੈਨਸ਼ਨ ਬਣਦੀ ਹੈ ਕਿ ਇਨਸਾਨ ਕਹਿੰਦਾ ਵੀ ਮੈਂ ਉਹਦੇ ਲਈ ਕੀ ਨਹੀਂ ਕੀਤਾ, ਮੈਂ ਉਹਦੇ ਲਈ ਸਭ ਕੁਛ ਕੀਤਾ, ਉਹ ਮੈਨੂੰ ਧੋਖਾ ਦੇ ਗਿਆ, ਉਹ ਤਾਂ ਮੇਰਾ ਚਾਚਾ ਲੱਗਦਾ ਸੀ, ਉਹ ਤਾਂ ਮੇਰਾ ਭਰਾ ਲੱਗਦਾ ਸੀ, ਉਹ ਮੈਨੂੰ ਧੋਖਾ ਦੇ ਗਿਆ। ਉਹ ਜਿਹੜੀ ਟੈਨਸ਼ਨ ਹੈ ਜਦੋਂ ਦਿਮਾਗ 'ਤੇ ਆਉਂਦੀ ਆ, ਜਾਂ ਕਹਿ ਲਓ ਵੀ ਅਸੀਂ ਬਹੁਤ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਅਸੀਂ 20 ਸਾਲ ਕਮਾ ਕੇ, ਪੈਸਾ ਕਮਾ ਕੇ ਇੱਕ ਇੰਪਾਇਰ ਖੜ੍ਹਾ ਕੀਤਾ, ਇੱਕਦਮ ਇੰਨਾ ਘਾਟਾ ਪੈ ਗਿਆ ਕਿ ਜ਼ਮੀਨ 'ਤੇ ਆ ਗਏ, ਉਹ ਇੱਕ ਟੈਨਸ਼ਨ। ਉਹ ਜਿਹੜੀ ਟੈਨਸ਼ਨ ਆ ਉਹ ਤੁਸੀਂ ਲਈ ਤਾਂ ਇੱਦਾਂ ਦਿਮਾਗ ਦੇ ਉੱਤੇ, ਔਰ ਉਹਦੀ ਇੱਕ ਬਿਜਲੀ ਦੀ ਤਰ੍ਹਾਂ ਤੁਹਾਡੇ ਆਰਗਨਸ 'ਤੇ ਇਫੈਕਟ ਹੋਇਆ। ਕਿਸੇ ਦਾ ਸੈਕਸ ਪਾਰਟ ਵੀਕ ਹੋ ਜਾਂਦਾ, ਔਰ ਕਿਸੇ ਦਾ ਹਾਰਟ ਵੀਕ ਹੋ ਜਾਂਦਾ, ਕਿਸੇ ਦਾ ਬ੍ਰੇਨ ਵੀਕ ਹੋ ਜਾਂਦਾ। ਲੇਕਿਨ ਸ਼ੂਗਰ ਹੋਣ ਦਾ ਮੁੱਖ ਕਾਰਨ ਕੀ ਆ, ਉਹ ਹੈਗਾ ਤੁਹਾਡਾ ਪੈਂਕਰਿਆਸ। ਪੈਂਕਰਿਆਸ ਦੇ ਬੀਟਾ ਸੈੱਲ ਜਿਹੜੇ ਆ ਉਹ ਜਦੋਂ ਵੀਕ ਹੋ ਜਾਂਦੇ ਆ, ਉਹ ਉਦੋਂ ਹੀ ਹੁੰਦੇ ਨੇ ਜਿਵੇਂ ਤੁਸੀਂ ਦੇਖਿਆ ਨਾ ਅਸਮਾਨ 'ਚ ਬਿਜਲੀ ਕੜਕਦੀ ਆ, ਕੜ 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 ਕਰ, ਆਪਾਂ ਡਰ ਜਾਂਦੇ ਹਾਂ ਘਰੇ ਬੈਠੇ, ਗਿਰਦੀ ਕਿਤੇ ਹੋਰ ਹੈ, ਜਿੱਥੇ ਗਿਰਦੀ ਆ ਫਿਰ ਉੱਥੇ ਪਾੜ ਪਾ ਦਿੰਦੀ ਆ। ਇਸੇ ਤਰ੍ਹਾਂ ਸਟ੍ਰੈੱਸ ਦਾ ਜਿਹੜਾ ਰਿਫਲੈਕਟ ਹੈ ਉਹ ਤੁਹਾਡੇ ਬਾਡੀ ਦੇ ਅੰਦਰ ਕਿਸੇ ਵੀ ਔਰਗਨ 'ਤੇ ਪੈ ਜਾਵੇ, ਉਹ ਤੁਹਾਨੂੰ ਉਸੇ ਔਰਗਨ ਨੂੰ ਬੈਡ ਕਰ ਦਿੰਦਾ। ਔਰ ਜਿਹੜੇ ਸ਼ੂਗਰ ਦੇ ਮਰੀਜ਼ ਆ, ਇਹ ਸਿਰਫ ਸਟ੍ਰੈੱਸ ਦਾ ਰਿਫਲੈਕਟ ਹੈ ਜਿਹੜਾ ਤੁਹਾਡੇ ਪੈਨਕਰਿਆਸ ਦੇ ਬੀਟਾ ਸੈੱਲ 'ਤੇ ਪੈਂਦਾ, ਔਰ ਉਹ ਸੈੱਲ ਵੀਕ ਹੋ ਜਾਂਦਾ। ਜਦੋਂ ਸੈੱਲ ਵੀਕ ਹੋ ਜਾਂਦਾ, ਉਹ ਇਨਸੋਲੀਨ ਨੂੰ ਆਪਦੇ ਅੰਦਰ ਅਬਜ਼ਰਬ ਨਹੀਂ ਕਰਦਾ, ਸ਼ੂਗਰ ਨੂੰ ਆਪਦੇ ਅੰਦਰ ਅਬਜ਼ਰਬ ਨਹੀਂ ਕਰਦਾ। ਉਹ ਜਿਹੜੀ ਵੀ ਤੁਸੀਂ ਚੀਜ਼ ਖਾਂਦੇ ਹੋ, ਮਿੱਠਾ ਖਾਂਦੇ ਹੋ, ਉਹ ਬਲੱਡ ਦੇ ਵਿੱਚ ਤੈਰਦਾ ਰਹਿੰਦਾ 12 ਘੰਟੇ 24 ਘੰਟੇ। ਉਹਨੇ ਜਦੋਂ ਜਾਣਾ ਤੁਹਾਡੇ ਪੈਂਕਰਿਆਸ ਦੇ ਬੀਟਾ ਸੈੱਲ ਦੇ ਨੇੜੇ, ਉਹ ਫਿਰ ਉਹਨੂੰ ਨਹੀਂ ਲੈਂਦਾ ਅੰਦਰ, ਕਿਉਂਕਿ ਉਹਦੀ ਤਾਕਤ ਹੀ ਖਤਮ ਹੋਈ ਪਈ ਆ, ਉਹ ਫਿਰ ਬਲੱਡ 'ਚ ਤੈਰਦੀ ਆ। ਉਹਦੇ ਕਾਰਨ ਹੁੰਦਾ ਕੀ ਆ, ਸ਼ੂਗਰ 200 ਹੋ ਗਈ, 300 ਹੋ ਗਈ, 400 ਹੋ ਗਈ, ਉਹ ਵੱਧਦੀ ਜਾਂਦੀ ਹੈ। ਇੱਕ ਦਿਨ ਕੀ ਆ, ਬਾਥਰੂਮ ਦੇ ਰਸਤੇ ਬਾਹਰ ਨਿਕਲਦੀ ਆ, ਉਹਨੇ ਨਿਕਲਣਾ ਤਾਂ ਹੈ ਨਾ ਸਰੀਰ 'ਚੋਂ ਕਿਤੋਂ, ਬਾਥਰੂਮ ਦੇ ਰਸਤੇ ਨਿਕਲਦੀ ਆ। ਅਤੇ ਫਿਰ ਤੁਹਾਡਾ ਜਿਹੜਾ ਬਾਥਰੂਮ ਦਾ ਅਗਲਾ ਏਰੀਆ,
ਪੈਨਿਸ ਦਾ ਅਗਲਾ ਪੋਰਸ਼ਨ ਹੈ, ਲੇਡੀਜ਼ ਦਾ ਬਾਥਰੂਮ ਦਾ ਅਗਲਾ ਹਿੱਸਾ ਹੈ, ਉਸ ਜਗ੍ਹਾ 'ਤੇ ਕੱਟ ਲੱਗ ਜਾਂਦੇ ਨੇ। ਵਿਪਤਾ ਫਿਰ ਹੋਰ ਵੱਡੀ ਇਹ ਹੋ ਜਾਂਦੀ ਹੈ ਵੀ ਜੇ ਪਿਸ਼ਾਬ ਦਾ ਪ੍ਰੈਸ਼ਰ ਬਣਦਾ ਤਾਂ ਪਿਸ਼ਾਬ ਤਾਂ ਆਉਂਦਾ, ਪਰ ਉਹ ਕੀ ਆ ਕਿ ਉਸ ਟਾਈਮ ਫਿਰ ਕੱਟ ਲੱਗੇ ਹੋਏ ਨੇ, ਪਿਸ਼ਾਬ ਲੜਦਾ ਬਹੁਤ ਹੈ, ਤਕਲੀਫ ਬਹੁਤ ਦਿੰਦਾ। ਉਹ ਫਿਰ ਸਾਡੇ ਬਜ਼ੁਰਗਾਂ ਨੇ ਕਹਿ ਰੱਖਿਆ ਪਿਸ਼ਾਬ 'ਤੇ ਹਿਸਾਬ ਟਾਈਮ ਸਿਰ ਹੋਣਾ ਚਾਹੀਦਾ, ਨਹੀਂ ਤਾਂ ਨੁਕਸਾਨ ਕਰਦਾ। ਉਹ ਵੀ ਕਰਨਾ, ਪਰ ਉਹ ਫਿਰ ਇੰਨੀ ਤਕਲੀਫ ਦਿੰਦਾ ਕਿ ਇਨਸਾਨ ਜਿਹੜਾ ਹੈਗਾ ਉਹਨੂੰ ਐਂ ਲੱਗਦਾ ਵੀ ਕਿੱਧਰ ਨੂੰ ਜਾਈਏ। ਫਿਰ ਉਹ ਭੱਜਿਆ ਜਾਂਦਾ ਬੜੇ ਤੋਂ ਬੜੇ ਹਸਪਤਾਲ 'ਚ ਡਾਕਟਰਾਂ ਕੋਲ, ਉਹ ਜਾਂਦੇ ਹੀ ਮੋਟੀਆਂ ਮੋਟੀਆਂ ਗੋਲੀਆਂ ਚਿਪਕਾ ਦਿੰਦੇ ਆ ਵੀ ਆਹ ਖਾ। ਇੱਕ ਵਾਰੀ ਤਾਂ ਸ਼ੂਗਰ ਖਤਮ ਹੋ ਜਾਂਦੀ, ਉਹਨੂੰ ਲੱਗਦਾ ਵੀ ਬਹੁਤ ਵਧੀਆ ਕੰਟਰੋਲ ਹੋ ਗਈ, ਉਹ ਕੰਟਰੋਲ ਨਹੀਂ ਹੋਈ। ਉਹ ਕੀ ਹੋਇਆ, ਤੁਸੀਂ ਖਾਲੀ ਗੋਲੀ ਮੈਟਫੋਰਮਿਨ ਖਾ ਲਿਆ, ਕੁਛ ਵੀ ਖਾ ਲਿਆ, ਉਹ ਜਦੋਂ ਤੁਸੀਂ ਗੋਲੀ ਖਾਂਦੇ ਹੋ ਉਹ ਪਤਾ ਕੀ ਹੋਇਆ, ਜਿਵੇਂ ਆਪਾਂ ਮੱਝਾਂ ਗਾਈਆਂ ਦੇ ਬਾੜੇ ਦੇ ਵਿੱਚ ਜਾਂਦੇ ਹਾਂ, ਉਹ ਗੋਹਾ ਕੂੜਾ ਗੋਹਾ ਹੱਗ ਦਿੰਦੀਆਂ ਨੇ, ਅਸੀਂ ਕਾਹਦੇ ਨਾਲ ਇਕੱਠਾ ਕਰਦੇ ਹਾਂ, ਕਾਹਦੇ ਨਾਲ, ਫੌੜੇ ਨਾਲ, ਬਣਿਆ ਨਾ ਲੱਕੜੀ ਦਾ ਫੌੜਾ, ਸਾਡੇ ਘਰੇ ਤਾਂ ਹੁੰਦਾ ਸੀ ਪਿੰਡ ਜਦੋਂ ਮੈਂ ਰਹਿੰਦਾ ਸੀ, ਇਹ ਸਭ ਦਾ ਹੀ ਹੈ। ਅਤੇ ਉਹ ਫੌੜੇ ਨਾਲ ਜਦੋਂ ਅਸੀਂ ਗੋਹਾ ਇਕੱਠਾ ਕਰਦੇ ਹਾਂ, ਉਸੇ ਤਰ੍ਹਾਂ ਇਹ ਜਿਹੜੀ ਮੈਟਫੋਰਮਿਨ ਆ ਜਾਂ ਹੋਰ ਦਵਾਈਆਂ ਨੇ ਅੰਗਰੇਜ਼ੀ ਦੀਆਂ, ਇਹ ਫੌੜੇ ਦਾ ਕੰਮ ਕਰਦੀਆਂ ਨੇ। ਉਹ ਸ਼ੂਗਰ ਨੂੰ ਇਕੱਠਾ ਕਰਕੇ ਕਿਸੇ ਇੱਕ ਜਗ੍ਹਾ ਉਹਨਾਂ ਨੇ ਡਿਪੋਜ਼ਿਟ ਕਰਨਾ, ਜੇ ਤਾਂ ਹਾਰਟ ਦੇ ਵਿੱਚ ਡਿਪੋਜ਼ਿਟ ਹੋ ਗਈ ਤਾਂ ਬਲੋਕਜ ਪਾਓ ਸਟੰਟ, ਜੇ ਕਿਡਨੀ 'ਚ ਡਿਪੋਜ਼ਿਟ ਹੋ ਗਈ ਤਾਂ ਗੁਰਦਾ ਫੇਲ, ਜੇ ਬ੍ਰੇਨ ਦੇ ਕਿਸੇ ਔਰਗਨਸ 'ਤੇ ਇਫੈਕਟ ਕਰ ਗਈ ਤਾਂ ਦਿਮਾਗ ਵੀਕ। ਤਾਂ ਇਸ ਕਰਕੇ ਸ਼ੂਗਰ ਜਿਹੜੀ ਆ ਉਹ ਤੁਰਦੀ ਫਿਰਦੀ ਬਲੱਡ ਦੇ ਵਿੱਚ ਨੁਕਸਾਨ ਕਰਦੀ ਹੈ। ਹੁਣ ਤੁਸੀਂ ਕਹੋਗੇ ਫਿਰ ਗੋਇਲ ਸਾਹਿਬ ਇਹਦਾ ਕਰੀਏ ਕੀ, ਇਹਦਾ ਕੋਈ ਨਿਵਾਰਨ ਵੀ ਦੱਸੋ। ਮੈਂ ਤਾਂ ਭਾਈ ਸਾਹਿਬ 20-25 ਸਾਲ ਤੋਂ ਕਹਿ ਰਿਹਾ ਇਹਦਾ ਨਿਵਾਰਨ ਹੀ ਆਯੁਰਵੇਦ ਦੇ ਵਿੱਚ ਆ। ਕਿੱਥੇ ਹੈ ਧਿਆਨ ਨਾਲ ਸੁਣ ਲਓ, ਤੁਹਾਡੇ ਘਰ ਦੇ ਵਿੱਚ ਮੌਸਮ ਆਉਂਦਾ ਜਾਮਣਾਂ ਦਾ, ਜਾਮਣ ਖਾਓ, ਗੁਠਲੀਆਂ ਸੁਕਾ ਲਓ, ਜਾਮਣਾ ਖਾਓ, ਗੁਠਲੀਆਂ ਸੁਕਾ ਲਓ, ਜਾਂ ਫਿਰ ਜਾਮਣਾ ਲੈ ਕੇ ਇਕੱਠੀਆਂ 10-20 ਕਿਲੋ ਉਹਨਾਂ ਨੂੰ ਸਾੜ ਕੇ ਉਹਦਾ ਸਿਰਕਾ ਬਣਾ ਲਓ, ਗੁਠਲੀਆਂ ਨੂੰ ਵੱਢ ਸੁਕਾ ਲਓ, ਤੁਹਾਡੀ ਸਾਰੀ ਉਮਰ ਦੀ ਸ਼ੂਗਰ ਨੂੰ ਕੰਟਰੋਲ ਕਰਨ ਦੀ ਦਵਾਈ ਬਣ ਜਾਂਦੀ ਆ। ਫਿਰ ਗੁੜਮਾਰ ਹੈ, ਜਾਮੁਣ ਹੈ, ਮੇਥੀ ਹੈ, ਕਰੇਲੇ ਨੇ, ਇਹ ਸਾਰੀਆਂ ਚੀਜ਼ਾਂ ਸਾਨੂੰ ਫਾਇਦਾ ਕਰਨ ਵਾਲੀਆਂ। ਕਰਨਾ ਕੀ ਹੈ, ਮਾਂ ਰਾਜਮਾਂਹ, ਆਲੂ, ਚਾਵਲ, ਅਰਬੀ, ਭਿੰਡੀ, ਚਿੱਟੇ ਛੋਲੇ, ਇਹੋ ਜਿਹੀਆਂ ਬਾਏਬਾਦੀ ਵਾਲੀਆਂ ਚੀਜ਼ਾਂ ਬੰਦ ਕਰ ਦਿਉ। ਕੁਛ ਨਹੀਂ ਹੁੰਦਾ ਜੇ ਬੰਦ ਕਰ ਦਾਂਗੇ, ਥੋੜ੍ਹਾ ਜਿਹਾ ਲਾਈਫ ਸਟਾਈਲ ਚੇਂਜ ਹੋਊਗਾ। ਇਹਦੀ ਜਗ੍ਹਾ ਬਹੁਤ ਕੁਛ ਹੈ ਖਾਣ ਨੂੰ, ਹਰੀਆਂ ਤਰਕਾਰੀ ਵਾਲੀਆਂ ਸਬਜ਼ੀਆਂ ਨੇ। ਮੈਂ ਤਾਂ 7 ਖਾਣੇ ਬੰਦ ਕੀਤੇ ਨੇ, 7 ਭੋਜ ਬੰਦ ਕੀਤੇ ਨੇ, 56 ਭੋਗ ਤਾਂ ਕਹੀ ਗਏ ਨੇ, 56 ਭੋਜ ਨੇ, ਜੇ ਮੈਂ 7 ਬੰਦ ਕੀਤੇ ਨੇ ਤੁਹਾਡੇ ਕੋਲ ਫਿਰ ਵੀ 49 ਭੋਜ ਨੇ, ਕੁਛ ਵੀ ਖਾ ਸਕਦੇ ਹਾਂ। ਉਹਦੇ ਵਾਸਤੇ ਸਾਡੀ ਵੈਬਸਾਈਟ 'ਤੇ ਜਾਇਓ, ਤੁਹਾਨੂੰ ਦੱਸਿਆ ਹੈ ਕੀ ਖਾਣਾ ਡਾਇਬਿਟਿਕ ਪੇਸ਼ੈਂਟ ਨੇ, ਸ਼ੂਗਰ ਵਾਲਾ ਕੋਲਮ ਖੋਲ੍ਹ ਕੇ ਦੇਖਿਓ। ਫਿਰ ਅਸੀਂ ਉਹਦੇ ਵਾਸਤੇ ਕਹਿੰਦੇ ਕਿ ਕੁਛ ਮੈਡੀਸਿਨਸ, ਉਹ ਵੀ ਆਯੁਰਵੈਦਿਕ ਲਓ, ਦੇਸੀ। ਹੁਣ ਉਹਦੇ 'ਚ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਕਈ ਕਹਿਣਗੇ ਜੀ ਹੁਣ ਡਾਕਟਰ ਮਿੱਠਾ ਬੰਦ ਕਰ ਦਿੰਦੇ ਨੇ, ਹੁਣ ਮਿੱਠੇ ਦੀ ਜਗ੍ਹਾ ਕੀ ਕਰੀਏ ਅਸੀਂ। ਵੈਸੇ ਤਾਂ ਮੈਂ ਤੁਹਾਨੂੰ ਦੱਸਤਾ, ਫਲ ਖਾਓ, ਗੰਨੇ ਦਾ ਰਸ ਪੀਓ, ਪਰ ਜੇ ਤੁਹਾਡਾ ਕਦੇ ਕਦੇ ਜੀ ਕਰਦਾ ਖੀਰ ਖਾਣੀ ਆ, ਖੀਰ ਵੀ ਮਿੱਠੀ ਖਾਣੀ ਆ, ਹਲਵਾ ਖਾਣਾ, ਹਲਵਾ ਵੀ ਮਿੱਠਾ ਖਾਣਾ, ਅਤੇ ਚਾਹ 'ਚ ਵੀ ਮਿੱਠਾਪਣ ਥੋੜ੍ਹਾ ਜਿਹਾ ਚਾਹੀਦਾ। ਤਾਂ ਮਿਠਾਸ ਰੱਬ ਨੇ ਪਾਈ ਹੈ, ਜੇ ਪਰਮਾਤਮਾ ਦੇ ਵੱਲੋਂ ਕੁਛ ਸਰੀਰਕ ਬਿਮਾਰੀਆਂ ਨੇ ਤਾਂ ਉਹਨਾਂ ਦੇ ਇਲਾਜ ਵੀ ਪਰਮਾਤਮਾ ਨੇ ਪੇੜ ਪੌਦਿਆਂ 'ਚ ਦਿੱਤੇ ਨੇ। ਐਵੇਂ ਨਹੀਂ ਲੋਕ ਜਾ ਕੇ ਪਿੱਪਲ ਦੇ ਪੌਦਿਆਂ ਨੂੰ ਖੰਮਣੀਆਂ ਬੰਨੀ ਜਾਂਦੇ, ਤੁਲਸੀ ਦੇ ਪੌਦੇ ਨੂੰ ਪੂਜੀ ਜਾਂਦੇ। ਉਹ ਰੀਜ਼ਨ ਹੈ ਕਿ ਉਹਨਾਂ ਨੂੰ ਤਾਂ ਸ਼ਕਤੀ ਮਿਲਦੀ ਹੈ, ਤਾਕਤ ਮਿਲਦੀ ਹੈ, ਪੌਦੇ ਪੂਜਣ ਦਾ ਮਤਲਬ ਵੀ ਇਹਨਾਂ ਨੂੰ ਬਚਾ ਕੇ ਰੱਖੋ, ਹੋਰ ਕਿ ਉਹਨਾਂ ਦੇ ਵਿੱਚ ਰੱਬ ਥੋੜ੍ਹੀ, ਰੱਬ ਤਾਂ ਤੁਹਾਡੇ ਵਿੱਚ ਵੀ ਹੈ। ਜੇ ਪੌਦੇ 'ਚ ਹੈ ਤੁਹਾਡੇ ਵਿੱਚ, ਸੁੱਤੇ ਪਿਆਂ ਦੇ ਸਾਹ ਕਿਉਂ ਚੱਲੀ ਜਾਂਦੇ ਨੇ, ਜੇ ਰੱਬ ਅੰਦਰ ਬੈਠਾ ਤਾਂ ਹੀ ਚੱਲਦੇ ਨੇ। ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਸਟੀਵੀਆ ਦਾ ਪੌਦਾ, ਸਟੀਵੀਆ ਦਾ ਪੌਦਾ ਜਿਹਨੂੰ ਮਿੱਠੀ ਤੁਲਸੀ ਵੀ ਕਹਿੰਦੇ ਆ, ਨਰਸਰੀ 'ਚ ਮਿਲ ਜਾਂਦਾ 100 ਰੁਪਏ ਦਾ, 50 ਰੁਪਏ ਦਾ,
ਉਹ ਵਧੀਆ ਲਿਆਓ, 50 ਰੁਪਏ ਉਹਨੂੰ ਵੱਧ ਦਿਓ। ਡਾਕਟਰਾਂ ਨੂੰ ਵੀ ਤਾਂ 1000-1000 ਰੁਪਇਆ ਫੀਸਾਂ ਦੇਈ ਜਾਂਦੇ ਆ, ਨਰਸਰੀ ਵਾਲੇ ਨੂੰ 50 ਰੁਪਏ ਵੱਧ ਦੇ ਦਿਓ, ਵਧੀਆ ਪੌਦਾ ਦੇ ਦੂਗਾ ਤੁਹਾਨੂੰ। ਅਤੇ ਉਹ ਪੌਦਾ ਲਿਆ ਕੇ ਰੱਖੋ, ਉਹਦੀਆਂ 2-3 ਪੱਤੀਆਂ ਤੋੜੋ, ਚਾਹ ਦੇ ਫਰਾਈਪੈਨ 'ਚ ਪਾ ਲਓ, ਚਾਹ ਜਦੋਂ ਬਣਦੀ ਆ ਚਾਹ ਪੂਰੀ ਸਵੀਟ ਬਣੂਗੀ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਚੀਨੀ ਨਹੀਂ ਪਾਈ, ਇੰਨਾ ਮਿੱਠਾ ਹੋ ਜਾਂਦਾ ਚਾਹ 'ਚ, ਵਧੀਆ 2-3 ਪੱਤੇ ਪਾਉਣ ਨਾਲ ਹੀ। ਉਹਨਾਂ ਹੀ ਪੱਤਿਆਂ ਦਾ ਐਕਸਟ੍ਰੈਕਟ ਕੱਢ ਕੇ ਆਪਣੀ ਜਿਹੜੀ ਕੰਪਨੀ ਹੈ ਵੈਦਵਾਨ, ਇੱਕ ਗੱਲ ਦਾ ਬਹੁਤ ਧਿਆਨ ਰੱਖਿਓ, ਵੈਦਵਾਨ ਜੀ 'ਤੇ ਲਿਖਿਆ ਗਿਆ ਨਾ, ਉਹਦਾ ਮਤਲਬ ਹੈ ਇਹ ਓਰਿਜਨਲ ਹੈ, ਇਹ 'ਚ ਮਿਲਾਵਟ ਨਹੀਂ ਹੋ ਸਕਦੀ, ਕਿਉਂਕਿ ਵੈਦਵਾਨ ਮਤਲਬ ਅਸਲੀ। ਬਸ ਹੋਰ ਮੈਂ ਗੱਲ ਨਹੀਂ ਕਹਿ ਸਕਦਾ, ਇੰਨਾ ਕੀ ਪ੍ਰਮਾਣ ਦੇ ਸਕਦਾ, ਇਹ ਬਾਕੀ ਤੁਸੀਂ ਵਰਤੋਂਗੇ ਤਾਂ ਪਤਾ ਲੱਗੂ। ਇਹ ਸਟੀਵੀਆ ਡਰੋਪ ਹੈ, ਸਟੀਵੀਆ ਦੇ ਪੌਦੇ ਤੋਂ ਲੈ ਕੇ ਸਟੀਵੀਆ ਡਰੋਪ ਜਿਹਨੂੰ ਅਸੀਂ ਸ਼ੁਗਰੀਨ ਅੰਮ੍ਰਿਤ ਦੇ ਨਾਮ 'ਤੇ ਤੁਹਾਨੂੰ ਦਿੱਤਾ, ਇਹਦੀਆਂ ਸਿਰਫ 2 ਬੂੰਦਾਂ ਚਾਹ ਦੇ ਕੱਪ 'ਚ ਪਾ ਲਓ, ਚਾਹ ਦਾ ਕੱਪ 1 ਚਮਚੇ ਜਿੰਨੀ ਚੀਨੀ ਦੇ ਨਾਲ ਮਿੱਠਾ ਹੋ ਜਾਂਦਾ ਔਰ ਉਹ 'ਚ ਕੈਲਰੀ 0 ਹੈ। ਫਿਰ ਉਹਨੂੰ ਸ਼ੂਗਰ ਨੂੰ ਕੰਟਰੋਲ ਕਰਨ ਵਾਸਤੇ ਸਭ ਤੋਂ ਵਧੀਆ ਚੀਜ਼ ਅਸੀਂ ਦਿੱਤੀ ਹੈ, ਮੈਂ ਤੁਹਾਨੂੰ ਕਿੰਨੀ ਵਾਰ ਦੱਸਿਆ, ਕਿੰਨੇ ਵੀਡੀਓ 'ਚ ਮੈਂ ਦੱਸਦਾ ਰਹਿਣਾ, ਡਾਇਬਟੀਜ਼ ਕੰਟਰੋਲ ਪਾਊਡਰ। ਇਹਦੇ ਵਿੱਚ ਅਸੀਂ ਬਾਕੀ ਸਾਰੀਆਂ ਚੀਜ਼ਾਂ ਤੁਹਾਡੇ ਮੁਤਾਬਕ ਨੇ ਜਿਹੜੀਆਂ ਤੁਸੀਂ ਘਰੇ ਵੀ ਬਣਾਈ ਬੈਠੇ ਹੋ, ਪਰ ਇਹ 'ਚ ਸਭ ਤੋਂ ਵਧੀਆ ਚੀਜ਼ ਕੀ ਪਾਈ ਹੈ, ਕੋਟਨ ਸੀਡ, ਜਿਹਨੂੰ ਅਸੀਂ ਬੜੇਵਿਆਂ ਦੀ ਗਿਰੀ ਕਹਿੰਦੇ ਹਾਂ, ਬੜੇਵੇਂ ਦੀ ਗਿਰੀ, ਐਂ ਹੁੰਦੀ ਹੈ ਚਿੜੀ ਦੀ ਜੀਭ ਵਰਗੀ ਛੋਟੀ ਜਿਹੀ ਉਹਦੇ ਵਿੱਚ, ਔਰ ਉਹ ਜਦੋਂ ਅਸੀਂ ਕੁਲੈਕਟ ਕਰਦੇ ਹਾਂ ਸਾਨੂੰ ਬੜੀ ਮਿਹਨਤ ਹੁੰਦੀ ਹੈ ਉਹਦੇ ਉੱਤੇ, ਐਂ ਨਹੀਂ ਹੈ ਵੀ ਬੜੇਵੇਂ ਦੀ ਗਿਰੀ ਐਵੇਂ ਕੁਲੈਕਟ ਹੋ ਜੂਗੀ, ਜੇ ਕਿਲੋ ਕੱਢਣੀ ਹੈ ਤਾਂ ਦੇਖ ਲਓ ਕਿੰਨੇ ਬੜੇਵਿਆਂ 'ਚੋਂ ਕਿੰਨੀ ਕੁ ਨਿਕਲਦੀ ਹੋਊਗੀ, ਕਿੱਦਾਂ ਕੱਢਣੀ ਪੈਂਦੀ ਹੈ, ਉਹ ਇਹਦੇ ਵਿੱਚ ਪੈਂਦੀ ਹੈ। ਉਹ ਸਾਡੇ ਪੈਨਕ੍ਰਿਆਸ ਦੇ ਬੀਟਾ ਸੈੱਲ ਨੂੰ ਤਾਕਤ, ਇੱਕੋ ਹੀ ਪ੍ਰੋਡਕਟ ਹੈ ਜਿਹੜਾ ਬੀਟਾ ਸੈੱਲ ਨੂੰ ਤਾਕਤ ਦਿੰਦੀ ਹੈ, ਅਤੇ ਫਿਰ ਬੀਟਾ ਸੈੱਲ ਨੂੰ ਰਿਪੇਅਰ ਕਰਨ ਵਾਸਤੇ, ਬੀਟਾ ਸੈੱਲ ਨੂੰ ਪੁਨਰ ਜੀਵਤ ਕਰਨ ਵਾਸਤੇ, ਜਿਹਨੂੰ ਅਸੀਂ ਕਹਿੰਦੇ ਹਾਂ ਸ਼ੂਗਰ ਨੂੰ ਰਿਵਰਸ ਕਰਨ ਦੀ ਸ਼ਕਤੀ ਰੱਖਦੀ ਆ, ਉਹ ਹੈਗੀ ਆ ਬੀਟਾ ਸੈੱਲ ਐਕਸ਼ਨ। ਇਹਨੂੰ ਅਸੀਂ ਕੈਪਸੂਲ 'ਚ ਦਿੱਤਾ, ਇਹਦੇ ਵਿੱਚ ਬਕਾਇਦਾ ਸਪੈਸ਼ਲ ਬਸੰਤ ਕੁਸਮਾਕਰ ਰਸ ਦਿੱਤਾ ਗਿਆ। ਤੁਸੀਂ ਇਕੱਲਾ ਬਸੰਤ ਕੁਸਮਾਕਰ ਰਸ ਬਹੁਤ ਖਾਧਾ ਹੋਊਗਾ, ਕਿਤੇ ਤੁਸੀਂ ਬੀਟਾ ਸੈੱਲ ਐਕਸ਼ਨ ਜਿਹੜਾ ਸਾਡਾ ਕੈਪਸੂਲ ਹੈ ਇਹਦੇ ਵਿੱਚ ਨਾਲ ਬਸੰਤ ਕੁਸਮਾਕਰ ਰਸ ਦੇ 4 ਚੀਜ਼ਾਂ ਹੋਰ ਪਾਈਆਂ ਗਈਆਂ ਨੇ। ਜਦੋਂ ਤੁਸੀਂ ਇਹਨੂੰ ਖਾਣਾ ਸ਼ੁਰੂ ਕਰਦੇ ਹੋ ਇਹ ਤੁਹਾਡਾ ਹਾਰਟ, ਬ੍ਰੇਨ, ਲੀਵਰ 3 ਚੀਜ਼ਾਂ ਤਾਂ ਇਹਦੇ ਹੀ ਪੋਸ਼ਣ ਕਰਦੀਆਂ ਨੇ। ਚੌਥੀ ਚੀਜ਼ ਜਿਹੜੀ ਆ ਉਹ ਆਪਣਾ ਹੈਗਾ ਬਸੰਤ ਕੁਸਮਾਕਰ ਰਸ, ਜਿਹੜਾ ਸਾਡੇ ਬੀਟਾ ਸੈੱਲ ਨੂੰ ਤਾਕਤ ਦੇਣ ਦਾ ਕੰਮ ਕਰਦਾ, ਪੈਨਕ੍ਰਿਆਸ ਨੂੰ ਤਾਕਤ ਦੇਣ ਦਾ ਕੰਮ ਕਰਦਾ, ਉਹ ਇਹਦੇ ਨਾਲ ਦਿੱਤਾ ਗਿਆ। ਜਦੋਂ ਲੋਕ ਇਹਨੂੰ ਲੈਂਦੇ ਆ ਤਾਂ ਉਹਨਾਂ ਨੂੰ ਪਤਾ, ਔਰ ਜਿਹਨਾਂ ਨੂੰ ਇਨਸੁਲਿਨ ਦਾ ਟੀਕਾ ਲੱਗਦਾ, ਧਿਆਨ ਰੱਖਿਓ 1 ਟਾਈਪ 1 ਹੈ 1 ਟਾਈਪ 2 ਹੈ ਡਾਇਬਟੀਜ਼, ਜਿਹਨਾਂ ਨੂੰ ਇਨਸੁਲਿਨ ਦਾ ਟੀਕਾ ਲੱਗਦਾ ਉਹਨਾਂ ਨੂੰ ਅਸੀਂ ਨਾਲ ਦਿੰਦੇ ਹਾਂ 2.5 ਗਜ ਕੇਸਰੀ ਪਾਊਡਰ। ਇਹ ਅੱਜ ਤੱਕ ਕਿਸੇ ਕੰਪਨੀ ਨੇ ਨਹੀਂ ਸੀ ਬਣਾਇਆ, ਕਿਉਂਕਿ ਇਹਨੂੰ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਹੈ। ਇਹ ਚਮਚ ਜਦੋਂ ਤੁਸੀਂ ਖੋਲ੍ਹ ਕੇ ਮੂੰਹ 'ਚ ਪਾਓਗੇ ਨਾ ਤੁਹਾਨੂੰ ਪਤਾ ਲੱਗੂਗਾ ਵੀ ਗੋਇਲ ਸਾਹਿਬ ਨੇ ਕਿੰਨੀ ਮਿਹਨਤ ਕੀਤੀ ਹੋਊਗੀ। ਤੁਹਾਨੂੰ ਜਿਵੇਂ ਆਪਣੇ ਧੀਆਂ ਪੁੱਤਾਂ 'ਤੇ ਤਰਸ ਆਉਂਦਾ ਨਾ, ਉਦੋਂ ਤੁਹਾਨੂੰ ਮੇਰੇ 'ਤੇ ਆਊਗਾ ਹੀ ਆਊਗਾ ਵੀ ਉਸ ਬੰਦੇ ਨੇ ਕਿੰਨੀ ਮਿਹਨਤ ਕੀਤੀ ਹੈ ਇਸ ਚੀਜ਼ ਦੇ ਉੱਤੇ। ਮਿਹਨਤ ਇਨਸਾਨ ਪੈਸੇ ਲਈ ਕਰਦਾ, ਲੇਕਿਨ ਸੁਭਾਸ਼ ਗੋਇਲ ਸਿਰਫ ਤੁਹਾਡੇ ਪਿਆਰ ਲਈ ਮਿਹਨਤ ਕਰਦਾ। ਪੈਸਾ ਤਾਂ ਪਰਮਾਤਮਾ ਨੇ ਉਨਾ ਕੁ ਦਿੱਤਾ ਜਿੰਨੀ ਕੁ ਰੋਟੀ ਪਾਣੀ ਚੱਲਦੀ ਰਹੇ, ਬਹੁਤ ਕੁਛ ਪਰਮਾਤਮਾ ਦੀ ਬਖਸ਼ਿਸ਼ ਹੈ, ਤੁਹਾਡਾ ਸਾਰਿਆਂ ਦਾ ਪਿਆਰ ਹੈ। ਪਰ ਇਹ ਜਿਹੜੀ ਚੀਜ਼ ਬਣੀ ਹੈ ਨਾ, ਇਹ 2.5 ਗਜ ਕੇਸਰੀ, ਇਹ ਮੈਂ ਆਪਣੇ ਦੇਸ਼ ਵਾਸਤੇ ਇੱਕ ਐਸੀ ਚੀਜ਼ ਬਣਾਈ ਹੈ ਜਿਹੜੀ ਸ਼ੂਗਰ ਨੂੰ ਕੰਟਰੋਲ ਕਰਨ 'ਚ ਵਾਕਈ ਬਹੁਤ ਸ਼ਕਤੀ ਰੱਖਦੀ ਹੈ। ਇਹਨੂੰ ਜਦੋਂ ਤੁਸੀਂ ਇਹ ਚਮਚਾ ਮੂੰਹ 'ਚ ਪਾਓਗੇ ਫਿਰ ਤੁਹਾਨੂੰ ਪਤਾ ਲੱਗੂ ਵੀ ਇਹ ਇਕੱਲਾ ਸ਼ੂਗਰ ਰੋਗ ਠੀਕ ਨਹੀਂ ਕਰਦਾ, ਨਾਲ ਨਾਲ ਜਿਹੜੀਆਂ ਸਾਡੀਆਂ ਭੈਣਾਂ ਦੇ ਵਿੱਚ, ਸਾਡੇ ਭਰਾਵਾਂ ਦੇ ਵਿੱਚ ਮੈਰਿਡ ਲਾਈਫ ਡਿਸਟਰਬ ਹੋ ਜਾਂਦੀ ਹੈ, ਆਪਸ 'ਚ ਮਿਲਿਆ ਨੂੰ ਇਹ ਕਈ ਕਈ ਸਾਲ ਬੀਤ ਜਾਂਦੇ ਨੇ ਔਰ ਆਪਸ 'ਚ ਉਹਨਾਂ ਦਾ ਕੋਈ ਰੋਮਾਂਸ ਨਹੀਂ, ਕੋਈ ਪਿਆਰ ਨਹੀਂ, ਕੋਈ ਲੈਣਾ ਦੇਣਾ ਨਹੀਂ, ਉਹਨਾਂ ਲੋਕਾਂ ਦੇ ਵਿੱਚ ਇੱਕ ਪਿਆਰ ਜਾਗਰੂਕ ਹੁੰਦਾ, ਕਿਉਂਕਿ ਜਿਹੜਾ ਤੁਹਾਡਾ
ਪਿਆਰ ਹੈ ਨਾ, ਨਾਲ ਨਾਲ ਜਿਹੜਾ ਤੁਹਾਡਾ ਸਰੀਰਕ ਸੰਬੰਧ ਹੈ ਉਹਦੇ ਨਾਲ ਪਿਆਰ ਪੈਦਾ ਹੁੰਦਾ। ਉਹ ਪਿਆਰ ਵੀ ਇੱਕ ਸ਼ਕਤੀ ਹੈ ਬਿਮਾਰੀਆਂ ਨੂੰ ਖਤਮ ਕਰਨ ਦੀ, ਕਿਉਂਕਿ ਜੇ ਤੁਸੀਂ ਆਪਸ 'ਚ ਖੁਸ਼ ਰਹੋਗੇ ਤਾਂ ਬਿਮਾਰੀ ਦੀ ਮਜਾਲ ਹੈ ਤੁਹਾਡੇ ਨੇੜੇ ਆ ਜਾਵੇ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਰੂਪ ਬਣਾ ਕੇ ਤਿਆਰ ਕੀਤੀਆਂ ਗਈਆਂ ਨੇ। ਔਰ ਜਿਹੜੇ ਸਾਡੇ ਭਰਾ ਨੇ ਉਹਨਾਂ ਵਾਸਤੇ ਅਸੀਂ ਐਕਸ ਪਲੱਸ ਗੋਲਡ ਕੈਪਸੂਲ ਦਿੰਦੇ ਹਾਂ ਡਾਇਬਟੀਜ਼ ਵਾਸਤੇ, ਜਿਹੜੇ ਪੇਸ਼ੈਂਟ ਡਾਇਬਟੀਜ਼ ਵਾਲੇ ਨੇ ਉਹਨਾਂ ਨੂੰ, ਤਾਂ ਸ਼ੂਗਰ ਕਾਰਨ ਜਿਹੜੀ ਵੀਕਨੈਸ ਆਉਂਦੀ ਹੈ ਉਹ ਵੀ। ਔਰ ਸਾਡੀਆਂ ਭੈਣਾਂ ਆਉਂਦੀਆਂ ਸੀ, ਉਹ ਕਹਿੰਦੀਆਂ ਸੀ ਵੀਰੇ ਇਹਨਾਂ ਲਈ ਤਾਂ ਬਣਾ ਲਿਆ ਐਕਸ ਪਲੱਸ, ਸਾਡੇ ਲਈ, ਉਹਨਾਂ ਲਈ ਅਸੀਂ ਬਣਾਇਆ ਨਾਰੀ ਗਜ ਕੇਸਰੀ। ਭੈਣਾਂ ਵਾਸਤੇ ਸਾਨੂੰ ਬਹੁਤ ਧਿਆਨ ਰੱਖਣਾ ਪਿਆ, ਕਿਉਂਕਿ ਉਹਨਾਂ ਦੇ ਵਿੱਚ ਕਈ ਵਾਰੀ ਮੀਨੋਪੌਜ ਦਾ ਟਾਈਮ ਹੁੰਦਾ, ਕਈ ਵਾਰੀ ਮੈਂਸਜ ਬੰਦ ਹੋਣ ਦਾ ਟਾਈਮ ਹੁੰਦਾ, ਕਈ ਵਾਰੀ ਜ਼ਿਆਦਾ ਆਉਣ ਦਾ ਟਾਈਮ ਹੁੰਦਾ, ਕਈ ਵਾਰੀ ਕਿੱਦਾਂ ਦਾ। ਉਹ ਸਾਰੀਆਂ ਭੈਣਾਂ ਮਾਤਾ ਜਿਹੜੀਆਂ ਸਾਡੀਆਂ ਨੇ ਉਹਨਾਂ ਵਾਸਤੇ ਜ਼ਿੰਦਗੀ ਨੂੰ ਤੰਦਰੁਸਤ ਜਿਉਣ ਦਾ ਇੱਕ ਸਰੋਤ ਬਣਾਇਆ ਗਿਆ, ਉਹਦਾ ਨਾਂ ਰੱਖਿਆ ਸੀ ਨਾਰੀ ਗਜ ਕੇਸਰੀ। ਔਰ ਨਾਮ ਵੀ ਅਸੀਂ ਪੂਰੀ ਇੱਜ਼ਤ ਮਾਣ ਨਾਲ ਰੱਖਿਆ, ਕਿਉਂਕਿ ਸਾਡੀਆਂ ਸਾਰੀਆਂ ਮਾਤਾ ਭੈਣਾਂ ਨੇ ਸਾਡੇ ਦੇਸ਼ ਦੀਆਂ ਨੇ ਔਰ ਸਾਡੇ ਬਰਾਬਰ ਦੀਆਂ ਨੇ। ਅਤੇ ਇਸ ਕਰਕੇ ਉਹ ਨਾਰੀ ਗਜ ਕੇਸਰੀ ਜਿਹੜਾ ਕੈਪਸੂਲ ਹੈ ਉਹ ਉਹਨਾਂ ਭੈਣਾਂ ਵਾਸਤੇ ਹੈ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਵੀ ਸਾਡਾ ਬਿਲਕੁਲ ਮਨ ਨਹੀਂ ਕਰਦਾ ਵੀਰੇ, ਜਦੋਂ ਮਤਲਬ ਇਹੋ ਜਿਹਾ ਟਾਈਮ ਆਉਂਦਾ ਸਾਨੂੰ ਗੁੱਸਾ ਹੀ ਚੜ੍ਹਦਾ। ਤਾਂ ਇਸ ਕਰਕੇ ਉਹ ਚੀਜ਼ਾਂ ਅਸੀਂ ਜਦੋਂ ਨਾਲ ਪ੍ਰੋਵਾਈਡ ਕਰਦੇ ਹਾਂ ਤਾਂ ਸਾਡਾ ਪਰਿਵਾਰਿਕ ਸੰਬੰਧ ਬਹੁਤ ਵਧੀਆ ਬਣਿਆ ਸਾਡੇ ਮਰੀਜ਼ਾਂ ਦੇ ਨਾਲ। ਔਰ ਮਰੀਜ਼ ਵੀ ਸਾਡੇ ਕੋਲ ਜਿਹੜੇ ਆਉਂਦੇ ਆ ਪੇਸ਼ੈਂਟ, ਉਹ ਵੀ ਐਂ ਕਹਿੰਦੇ ਨੇ ਵੀ ਗੋਇਲ ਸਾਹਿਬ ਤੁਹਾਡੇ ਕੋਲ ਆ ਕੇ ਲੱਗਦਾ ਹੀ ਨਹੀਂ ਕਿਸੇ ਹਸਪਤਾਲ 'ਚ ਆਇਆ, ਐਂ ਲੱਗਦਾ ਆਪਣੇ ਭਰਾ ਕੋਲ ਆਏ ਹੋਏ ਹਾਂ। ਔਰ ਇਹੀ ਆਸ਼ੀਰਵਾਦ ਸਾਰਿਆਂ ਦਾ ਐਂ ਮਿਲਦਾ ਜੇ ਰਹੂਗਾ ਤਾਂ ਅਸੀਂ ਵੀ ਤੁਹਾਡੀ ਰੱਜ ਕੇ ਸੇਵਾ ਕਰਦੇ ਰਹਾਂਗੇ। ਔਰ ਜਿਵੇਂ ਲੱਖਾਂ ਕਰੋੜਾਂ ਲੋਕਾਂ ਦਾ ਆਸ਼ੀਰਵਾਦ ਮਿਲ ਰਿਹਾ, ਮੈਨੂੰ ਉਮੀਦ ਹੈ ਜਿਹੜਾ ਤੁਸੀਂ ਹੁਣ ਤੱਕ ਵੀਡੀਓ ਦੇਖਿਆ ਨਾ, ਤੁਹਾਨੂੰ ਵੀ ਇਹਦੀ ਲੋੜ ਹੈ ਪ੍ਰੋਡਕਟ ਦੀ, ਇਹਨੂੰ ਲਓ ਅਤੇ ਤੁਹਾਡਾ ਆਸ਼ੀਰਵਾਦ ਵੀ ਮਿਲੂਗਾ। ਕੋਈ ਹੋਰ ਗੱਲ ਮਨ 'ਚ ਪੁੱਛਣ ਕਰਨ ਲਈ ਰਹਿੰਦੀ ਹੈ ਤੁਹਾਡੇ ਮਨ 'ਚ ਤਾਂ ਸਾਡੀ ਜਿਹੜੀ ਵੈਬਸਾਈਟ ਆ ਉਹਦੇ 'ਤੇ ਜਾ ਕੇ ਤੁਸੀਂ ਸਰਚ ਕਰ ਲਓ, www.vaidwan.com 'ਤੇ ਜਾਓਗੇ ਤਾਂ ਤੁਹਾਨੂੰ ਉਹਦੇ 'ਤੇ ਸਾਡੀਆਂ ਵੀਡੀਓ, ਸਾਡੀਆਂ ਜਾਣਕਾਰੀਆਂ ਉਹਦੇ 'ਤੇ ਜਾ ਕੇ ਤੁਹਾਨੂੰ ਬਹੁਤ ਮਿਲਣਗੀਆਂ। ਇਸ ਲਈ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਕਿ ਆਪਣਾ ਪਿਆਰ, ਆਪਣਾ ਆਸ਼ੀਰਵਾਦ ਬਣਾਏ। ਸੋ ਮੈਨੂੰ ਬੁਰੀ ਉਮੀਦ ਹੈ ਕਾਫ਼ੀ ਕੁਛ ਤੁਸੀਂ ਸੁਣਿਆ ਔਰ ਸਮਝ ਚੁੱਕੇ ਹੋ, ਬਹੁਤ ਹੀ ਚੰਗੀਆਂ ਗੱਲਾਂ ਸਮਝਾਈਆਂ ਨੇ ਸੁਭਾਸ਼ ਗੋਇਲ ਜੀ ਨੇ। ਔਰ ਤੁਸੀਂ ਇੱਕ ਇੱਕ ਗੱਲ ਦਾ ਧਿਆਨ ਜ਼ਰੂਰ ਰੱਖੋ, ਬਿਮਾਰੀਆਂ ਤੋਂ ਮੁਕਤ ਅਸੀਂ ਤਾਂ ਹੀ ਰਹਿ ਸਕਦੇ ਹਾਂ ਜਦ ਅਸੀਂ ਆਪਣੇ ਆਪ ਨੂੰ ਇੱਕ ਸਹੀ ਜੀਵਨ ਦੇਵਾਂਗੇ, ਚੰਗਾ ਲਾਈਫ ਸਟਾਈਲ ਦੇਵਾਂਗੇ, ਖਾਣ ਪੀਣ ਦੀਆਂ ਚੰਗੀਆਂ ਆਦਤਾਂ ਦੇਵਾਂਗੇ, ਘਰ ਦਾ ਸਾਫ਼ ਸੁਥਰਾ ਖਾਣਾ ਖਾਈਏ ਔਰ ਇਹ ਸਮਝੀਏ ਕਿ ਸਾਡੀ ਬੋਡੀ ਦੇ ਹਿਸਾਬ ਨਾਲ ਕੀ ਖਾਣਾ ਸਹੀ ਹੈ ਔਰ ਕੀ ਖਾਵਾਂਗੇ ਤਾਂ ਸਾਨੂੰ ਬਿਮਾਰੀਆਂ ਲੱਗ ਸਕਦੀਆਂ ਨੇ। ਸਿਰਫ ਖੁਦ ਨੂੰ ਹੀ ਨਹੀਂ, ਘਰ ਦਾ ਹਰ ਇੱਕ ਮੈਂਬਰ ਦੀ ਇਹ ਡਿਊਟੀ ਹੋਣੀ ਚਾਹੀਦੀ ਹੈ ਕਿ ਆਪਣੇ ਘਰ ਦੇ ਸਾਰੇ ਪਰਿਵਾਰਿਕ ਮੈਂਬਰਾਂ ਦੀ ਡਾਇਟ ਦਾ ਆਪਾਂ ਖਿਆਲ ਰੱਖੀਏ। ਹਾਲਾਂਕਿ ਜਿਹੜੇ ਬੱਚੇ ਨੇ ਉਹ ਬਾਹਰਲਾ ਖਾਣਾ ਬਹੁਤ ਜ਼ਿਆਦਾ ਖਾਂਦੇ ਨੇ, ਉਹਨਾਂ ਨੂੰ ਵੀ ਪੇਰੈਂਟਸ ਦੀ ਡਿਊਟੀ ਹੈ ਉਹਨਾਂ ਦੇ ਲਈ ਵੀ ਕਿ ਪੇਰੈਂਟਸ ਉਹਨਾਂ ਨੂੰ ਜਿਹੜਾ ਫਾਸਟ ਫੂਡ ਹੈ ਉਸਦੇ ਦੱਸਣ ਕਿ ਇਸਦੇ ਨਾਲ ਕੀ ਮਾੜੀਆਂ ਚੀਜ਼ਾਂ ਉਹਨਾਂ ਦੇ ਨਾਲ ਅੱਗੇ ਹੋ ਸਕਦੀਆਂ ਨੇ, ਜਿਵੇਂ ਬੱਚਿਆਂ ਦੀ ਗਰੋਥ ਵਿੱਚ ਬਹੁਤ ਨੁਕਸਾਨ ਹੋ ਸਕਦਾ ਹੈ ਅਗਰ ਬੱਚੇ ਬਾਹਰ ਦਾ ਹੀ ਖਾਣਾ ਖਾਂਦੇ ਨੇ। ਡਾਇਬਟੀਜ਼ ਵਰਗੀਆਂ ਬਿਮਾਰੀਆਂ ਛੋਟੀ ਉਮਰ ਵਿੱਚ ਹੀ ਅਸੀਂ ਦੇਖ ਰਹੇ ਹਾਂ ਕਈ ਬੱਚਿਆਂ ਨੂੰ ਹੋ ਜਾਂਦੀਆਂ ਨੇ। ਸੋ ਅਗਰ ਤੁਸੀਂ ਆਪਣੇ ਪਰਿਵਾਰ ਨੂੰ ਵੀ ਤੰਦਰੁਸਤ ਦੇਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਸਾਫ਼ ਸੁਥਰਾ ਘਰ ਦਾ ਬਣਿਆ ਖਾਣਾ ਖਾਓ। ਬਾਹਰਲਾ ਖਾਣਾ ਬਹੁਤ ਰੇਅਰਲੀ, ਕਦੀ ਕੋਈ ਪਾਰਟੀ ਹੈ, ਫੰਕਸ਼ਨ ਹੈ, ਕੋਈ ਖਾਸ ਮੌਕੇ 'ਤੇ ਬਾਹਰ ਜਾਣਾ ਹੈ ਤਦ ਹੀ ਖਾਓ। ਜ਼ਿੰਦਗੀ ਦੀਆਂ ਸਹੀ ਆਦਤਾਂ ਹੀ ਸਹੀ ਦਿਸ਼ਾ ਵੱਲ, ਖੁਸ਼ਹਾਲ ਭਰੀ ਜ਼ਿੰਦਗੀ ਵੱਲ ਸਾਨੂੰ ਅੱਗੇ ਲੈ ਕੇ ਜਾਣਗੀਆਂ। ਸੋ ਵੀਡੀਓ ਅੱਜ ਦੀ ਚੰਗੀ ਲੱਗੀ ਹੈ ਤਾਂ ਇਸਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣੇ ਸੁਝਾਅ, ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਜਾਂ ਮੇਰੀ ਈਮੇਲ ਆਈਡੀ healthadvicewithharjotkaur@gmail.com 'ਤੇ ਵੀ ਤੁਸੀਂ ਈਮੇਲ ਕਰਕੇ ਆਪਣੇ ਸੁਝਾਅ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਜੇਕਰ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਦਿਉ। ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ। ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।